पंजाब में गेहूं की खरीद सुचारू रूप से जारी है किसान भी सरकार की व्यवस्थाओं से काफी खुश नजर आ रहे हैं लेकिन फिर भी गेहूं की खरीद और कोरोना पर विपक्ष हल्ला मचा रहा है वहीं विपक्ष के तमाम सवालों के आज ए एनबी न्यूज खास बातचीत में मंत्री भारत भूषण आशु ने जवाब दिया कणक की खरीद नैके सरकार वालों बहुत सारे इंतजाम किए गए लेकिन हूँ विरोधी ਸਰਕਾਰ ਨੂੰ ਘੇਰੇ ਨੇ ਕਿ ਕਿਸਾਨ ਵੀ ਪਰੇਸ਼ਾਨਾ ਆਰਤੀਆ ਵੀ ਪਰੇਸ਼ਾਨਾ ਤੇ ਸਿਸਟਮ ਵੀ ਖਰਾਬ ਹੋ ਚੁੱਕਾਗਾ ਸ਼੍ਰੋਮਣੀ ਕਾਲੀ ਦਲ ਦੇ ਪ੍ਰਧਾਨ ਸੁਭੀ ਸਿੰਘ ਬਾਦਲ ਵੀ ਮੰਡੀਆਂ ਦਾ ਦੌਰਾ ਕਰਨੇ ਆਮ ਆਦੀ ਪਾਰਟੀ ਮੰਤਰੀ ਸਾਹਿਬ ਦਾ ਅਸਤੀਫਾ ਮੰਗ ਰਹੇ ਨੇ ਇਸ ਮੁਤਲਕੀ ਅਸੀਂ ਗੱਲਬਾਤ ਕਰਾਂਗੇ ਕਿ ਆਖਿਰ ਪ੍ਰਬੰਧ ਜਿਹੜੀ ਸਰਕਾਰ ਨੇ ਦਾਵਾ ਕੀਤਾ ਸੀ ਕਿ ਬਹੁਤ ਸਟੱਜੇ ਨੇ ਤੇ ਹੁਣ ਕੀ ਵਜ੍ਹਾ ਰਹੀ ਨੇ ਤੇ ਸਾਡੇ ਨਾਲ ਸ਼੍ਰੀ ਭਾਰਤ ਪੂਛਨਾਸ਼ ਜੀ ਮੈਂ ਸਭ ਕੀ ਲੱਗਦਾ ਮੰਡੀਆਂ ਚ ਕਣਕ ਜਿਆਦਾ ਆ ਗਈ ਜੇ ਜਿਹੜੀ ਸਰਕਾਰ ਨੂੰ ਉਮੀਦ ਨਹੀਂ ਸੀ ਕਿ ਜਾਂ ਸਿਸਟਮ ਨਹੀਂ ਬਣਿਆ ਨਹੀਂ ਨਹੀਂ ਸਿਸਟਮ ਸਾਰੇ ਪ੍ਰੋਪਰ ਨੇ ਬੜੇ ਵਧੀਆ ਢੰਗ ਨਾਲ ਪ੍ਰੋਕਿਊਰਮੈਂਟ ਹੋ ਰਹੀ ਹੈ ਹਾਂ ਜੇ ਆਪਾਂ ਪਿਛਲੇ ਸਾਲ ਨਾਲ ਕੰਪੇਅਰ ਕਰ ਲਈਏ ਤਾਂ ਪਿਛਲੇ ਸਾਲ ਕੱਲ ਤਾਂ ਹੀ 23 ਲੱਖ ਮੀਟ੍ਰਿਕ ਟਨ ਫਸਲਾਈ ਸੀ ਤੇ ਇਸ ਸਾਲ 70 ਲੱਖ ਮੀਟ੍ਰਿਕ ਟਨ ਫਸਲ ਆ ਗਈ ਉਹੀ ਸਟਾਫ ਹੈ ਉਨੇ ਹੀ ਲੇਬਰ ਦੇ ਬੰਦੇ ਹੈ ਕਿਤੇ ਭਰਨ ਦੇ ਵਿੱਚ ਜਿੰਨੀ ਮਰਜ਼ੀ ਤੇਜ਼ੀ ਕਰ ਲਈਏ ਥੋੜੀ ਬਹੁਤ ਕਮੀ ਰਹਿ ਜਾਂਦੀ ਹੈ ਪਰ ਪ੍ਰਕਿਊਰਮੈਂਟ ਬਿਲਕੁਲ ਨਿਰਵੈਗਨ ਚੱਲ ਰਹੀ ਹੈ ਭਰਾਈ ਵੀ ਹੋ ਰਹੀ ਹੈ ਪ੍ਰਕਿਊਰਮੈਂਟ ਵੀ ਹੋ ਰਹੀ ਹੈ ਤਲਾਈ ਵੀ ਹੋ ਰਹੀ ਹੈ ਤੇ ਲਿਫਟਿੰਗ ਵੀ ਹੋ ਰਹੀ ਹੈ ਤੇ ਉਹਦੀ ਪੇਮੈਂਟ ਵੀ ਹੋ ਰਹੀ ਹੈ ਇਨੀਸ਼ੀਅਲੀ ਥੋੜੇ ਜੇ ਪੇਮੈਂਟ ਦੇ ਵਿੱਚ ਜ਼ਰੂਰ ਸੀਗੇ ਕਿਉਂਕਿ ਸਿਸਟਮ ਨਵਾਂ ਸੀਗਾ ਤੁਸੀਂ ਸਾਰੇ ਜਾਣਦੇ ਹੋ ਜਿਸ ਤਰੀਕੇ ਆੜਤੀਆਂ ਦੇ ਨਾਲ 10 ਤਰੀਕ ਨੂੰ ਮੁਲਾਕਾਤ ਹੋਈ ਮੀਟਿੰਗ ਹੋਈ ਬੜੀ ਮੈਰਾਥਨ ਮੀਟਿੰਗ ਹੋਈ ਉਸ ਤੋਂ ਬਾਅਦ ਡਿਸੀਜਨ ਲਿੱਤੇ ਗਏ ਨਵਾਂ ਪੋਰਟਲ ਉਹਨਾਂ ਨੂੰ ਡੈਮੋ ਦਿਖਾਇਆ ਗਿਆ ਜਿਹਦੇ ਵਿੱਚ ਸੀਐਮ ਸਾਹਿਬ ਦੀ ਡਾਇਰੈਕਸ਼ਨ ਤੇ ਆਰਤੀਆਂ ਨੂੰ ਰਿਲੇਵੈਂਟ ਰੱਖਿਆ ਗਿਆ ਬਕਾਇਦਾ ਤੌਰ ਤੇ ਵੀ ਉਹ ਸਿਸਟਮ ਤੋਂ ਬਾਹਰ ਨਾ ਜਾ ਸਕਣ ਤੇ ਇਹ ਸਾਰੇ ਤੋਂ ਬਾਅਦ ਉਹਨਾਂ ਨੇ ਹਾਮੀ ਦਿੱਤੀ ਆਪਣੀ ਹੜਤਾਲ ਵਾਪਸ ਲੈ ਲਈ ਤੇ ਸ਼ਾਮ ਨੂੰ ਜਾ ਕੇ 10 ਤਰੀਕ ਨੂੰ ਪ੍ਰੋਕਿਊਰਮੈਂਟ ਸ਼ੁਰੂ ਹੋਈ ਤੇ 11 ਤੋਂ ਲੈ ਕੇ 22 ਤਰੀਕ ਤੱਕ 12 ਦਿਨਾਂ ਦੇ ਵਿੱਚ ਤਕਰੀਬਨ 70% ਫਸਲ ਮੰਡੀਆਂ 'ਚ ਅੱਛਾ ਪਿਛਲੇ ਸਾਲ ਵੀ ਕੋਰੋਨਾ ਹਾਲਾਤ ਹੋਣ ਵੀ ਆ ਇੱਕਦਮ ਤੁਸੀਂ ਦੱਸਿਆ ਕਿ ਪਿਛਲੇ ਸਾਲ ਇਨ੍ਹਾਂ ਦਿਨਾਂ ਦੇ ਵਿੱਚ 23 ਲੱਖ ਮੀਟਰ ਟਨ ਆਈ ਹੁਣ 70 ਲੱਖ ਮੀਟਰਿਕ ਟਨ ਮਤਲਬ 3 ਗੁਣਾ ਆ ਗਈ। ਇਹ ਸਿਸਟਮ ਬਣਾ ਨਹੀਂ ਆਇਆ ਕਿ ਜਾਂ ਕਿਸਾਨ ਜਿਆਦਾ ਕਾਲੇ ਕਿ ਜਲਦੀ ਜਲਦੀ ਮੰਡੀਆਂ ਚ ਕਣਕ ਪਹੁੰਚਾਈ ਜਾਵੇ ਜਾ ਕੇ ਬਾਰਡਰ ਵੀ ਉੱਥੇ ਵੀ ਪੈਰਾ ਦੇਣਾ। ਇਹ ਤੇ ਸਹੀ ਗੱਲ ਹੈ ਥੋੜੀ ਜੀ ਪੇਸ਼ੈਂਸ ਲੈਵਲ ਤੱਕਟਿਆ ਥੋੜਾ ਜਿਹਾ ਸਹਿਨਸ਼ੀਲਤਾ ਦੀ ਤਾਂ ਕਮੀ ਰਹੀ ਹੈ ਕਿਉਂਕਿ ਐਤ ਕੀ ਕੋਈ ਪਾਸੇਸ ਪੂਸੇਸ ਦੀ ਕਿਸੇ ਨੇ ਪਰਵਾਹ ਕਰੀ ਨਹੀਂ ਤੇ ਔਰ ਸਰਕਾਰ ਨੇ ਵੀ ਦੇਖਦੇ ਵੀ ਉਹਨਾਂ ਨੇ ਫਸਲ ਵੱਢ ਲਈ ਹੈ। ਬਾੜਾ ਕਿਤੇ ਰੋਕਿਆ ਨਹੀਂ ਕਿਸਾਨ ਨੂੰ ਇਹਨਾਂ ਜਰੂਰ ਇਨਸ਼ੋਰ ਕਰਨ ਦੀ ਕੋਸ਼ਿਸ਼ ਕੋਸ਼ਿਸ਼ ਕੀਤੀ ਹੈ ਵੀ ਰੋਲਾ ਨਾ ਪਵੇ ਕਿਸੇ ਮੰਡੀ ਚ ਕੱਟ ਨਾ ਹੋਵੇ ਤੇ ਇੱਕੋ ਦਮ ਉਹਨਾਂ ਨੇ ਫਸਲ ਲੈ ਆਂਦੀ ਜਿਹੜਾ ਚਾਹੀਦਾ ਨਹੀਂ ਸੀ ਪਰ ਅਸੀਂ ਫਿਰ ਵੀ ਤਿਆਰ ਹਾਂ ਉਹਨਾਂ ਦੀ ਫਸਲ ਚੱਕਣ ਨੂੰ ਅਸੀਂ ਕਿਸੇ ਤੇ ਗਿਲਾ ਨਹੀਂ ਕਰਦੇ ਅਸੀਂ ਕਿਸੇ ਨੂੰ ਨਹੀਂ ਇਹ ਕਹਿੰਦੇ ਵੀ ਕਿਉਂ ਨਹੀਂ ਤੁਸੀਂ ਸਟੈਗਡ ਵੇ ਨਾਲ ਲਿਆਂਦੀ ਕਿਉਂ ਨਹੀਂ ਪਾਸਿਸ ਦੀ ਜਿਹੜਾ ਸਿਸਟਮ ਬਣਿਆ ਹੋਇਆ ਉਹਨੂੰ ਫਾਲੋ ਕੀਤਾ ਅਗਰ ਆਗੀ ਇਹ ਫਸਲ ਤੱਕ ਪ੍ਰਕਿਊਰ ਕਰਾਂਗੇ ਸਾਡੇ ਕੋਲ ਸਾਰੇ ਚੀਜ਼ਾਂ ਅਵੇਲੇਬਲ ਨੇ ਸਾਡੇ ਕੋਲ ਬਾਰਦਾਨਾ ਅਵੇਲੇਬਲ ਹੈ ਸਾਡੇ ਕੋਲ ਲੇਬਰ ਵਗੈਰਾ ਹੈਗੇ ਅਸੀਂ ਪ੍ਰਕਿਊਰਮੈਂਟ ਕਰਾਂਗੇ ਸਾਡੀ ਸੀਸੀਐਲ ਖੜੀ ਹੈ ਅਸੀਂ ਇੱਕ ਇੱਕ ਦਾਣੇ ਦੀ ਪੇਮੈਂਟ ਕਰਾਂਗੇ ਕਿਸੇ ਨੂੰ ਕੋਈ ਵੀ ਮੁਸ਼ਕਿਲ ਨਹੀਂ ਆਣ ਦਿੱਤੀ ਜਾਏਗੀ ਬਾਰਦਾਨੇ ਦੀ ਛੋਟ ਜਿਹਾ ਕਰਕੇ ਮੰਡੀਆਂ ਦੇ ਵਿੱਚ ਕਣਕ ਰੋਲੇ ਕਿਸਾਨ ਰੋਲ ਰਹੇ ਨੇ ਜੀ ਸਰ ਕੋਈ ਬਾਰਦਾਨੇ ਦੀ ਪ੍ਰੋਬਲਮ ਨਹੀਂ ਅਸੀਂ ਤਾਂ ਈਵਨ ਗਵਰਨਮੈਂਟ ਨੇ ਤਾਂ ਯੂਜ਼ਡ ਬਾਰਦਾਨਾ ਲਾਣ ਲਈ ਆੜਤੀਆਂ ਨੂੰ ਵੀ ਅਥਾਰਾਈਜ਼ ਕਰਦਾ ਉਹਨਾਂ ਦੇ ਮਨ ਨੇ ਸ਼ੰਕਾ ਸੀ ਪਤਾ ਨਹੀਂ ਬੋਰੀਆਂ ਦੀ ਸਾਨੂੰ ਕੀਮਤ ਮਿਲੇਗੀ ਕਿ ਨਹੀਂ ਮਿਲੇਗੀ ਉਹ ਵੀ ਡਿਸਟ੍ਰਿਕਟ ਹੈੱਡਕਵਾਰਟਰਸ ਤੇ ਪੈਸੇ ਟਰਾਂਸਫਰ ਕਰਤੇ ਵੀ ਜਿਹੜਾ ਆੜਤੀ ਬੋਰੀ ਲਗਾਉਂਦਾ ਉਹਨੂੰ ਜਦੇ ਪੇਮੈਂਟ ਕਰ ਦੋ ਉਹਦਾ ਬਿੱਲ ਲੈ ਕੇ ਕੋਈ ਪ੍ਰੋਬਲਮ ਨਹੀਂ ਹੈ ਕਿਤੇ ਵੀ ਪਰ ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਫਸਲ ਅਗਰ 3 ਗੁਣਾ ਆ ਜਾਏਗੀ ਪਰ ਹੱਥ ਵੀ ਉਹਨੇ ਹੀ ਨੇ ਤੇ ਆਫੀਸਰ ਵੀ ਉਹਨੇ ਹੀ ਨੇ ਉਹਨਾਂ ਨੂੰ ਫਿਰ ਕਯਰ ਕਰਦੇ ਥੋੜਾ ਜਿਹਾ ਟਾਈਮ ਲੱਗ ਸਕਦਾ ਉਹ ਵੀ ਕੈਂਟਿਆਂ ਦਾ ਮਤਲਬ ਇੱਕ ਦੋ ਦਿਨਾਂ ਤੱਕ ਜਿਹੜੀ ਲੱਗਦੀ ਵਿਰੋਧੀ ਧਰ ਮਸੀਬਤ ਜੀ ਮੰਨ ਰਹੇ ਦੂਰ ਹੋ ਜੇਗੀ ਸਰ ਮਸੀਬਤ ਕੀ ਹਰ ਚੀਜ਼ ਨਵੀਂ ਸੀ ਇਸ ਸਿਸਟਮ ਚ ਇਸ ਸਿਸਟਮ ਚ ਪੇਮੈਂਟ ਦਾ ਸਿਸਟਮ ਨਵਾਂ ਸੀ ਆਖੀ ਪਹਿਲੇ 2 3 4 ਦਿਨ ਤੱਕ ਕਿਸੇ ਨੂੰ ਚੜਾਣਾ ਹੀ ਨਹੀਂ ਸੀ ਆ ਰਿਹਾ ਪੋਰਟਲ ਦੇ ਉੱਤੇ ਅਸੀਂ ਬੰਦਿਆਂ ਨੂੰ ਟ੍ਰੇਨਡ ਕਰਕੇ ਉਹਨਾਂ ਨੂੰ ਭੇਜਿਆ ਉਹਨਾਂ ਨੂੰ ਟ੍ਰੇਨਡ ਕਰਿਆ ਆੜਤੀਆਂ ਨੂੰ ਉਹਨਾਂ ਦੇ ਸਟਾਫ ਨੂੰ ਟ੍ਰੇਨਡ ਕਰਨ ਤੋਂ ਬਾਅਦ ਜਿਸ ਤਰੀਕੇ ਹੀ ਪੇਮੈਂਟਾਂ ਪੈਣੀਆਂ ਸ਼ੁਰੂ ਹੋਈਆਂ ਸਾਡੀ ਰੋਜ਼ ਦੀ ਰੋਜ਼ ਪੇਮੈਂਟ ਚਲਦੀ ਪਈ ਹੈ ਤਕਰੀਬਨ 5146 ਕਰੋੜ ਦੀ ਕੱਲ ਰਾਤ ਤਾਂ ਹੀ ਹੋ ਗਈ ਸੀ ਤੇ ਅੱਜ ਸ਼ਾਮ ਪੈਂਦੇ ਪੈਂਦੇ ਤਾਂ ਹੀ 2000 ਕਰੋੜ ਦੀ ਹੋਰ ਪੈ ਜਾਣੀ ਹੈ ਤੇ ਜਿੰਨੀ ਫਸਲ ਤੇ ਓਨੀ ਪੇਮੈਂਟ ਤਕਰੀਬਨ ਬਰਾਬਰ ਕਰ ਦੇਣੀ ਹੈ ਸਿਰਪੁਰ ਕਈ ਕਿਸਾਨ ਕਹਿ ਰਹੇ ਨੇ ਪੈਸੇ ਉਹਨਾਂ ਦੇ ਖਾਤਿਆਂ 'ਚ ਜਾ ਚੁੱਕੇ ਹੈਗੇ ਨੇ ਫਿਰ ਵੀ ਕਹਿ ਰਹੇ ਕਿ ਨਹੀਂ ਸਿਸਟਮ ਪੁਰਾਣਾ ਚੰਗਾ ਸੀ ਇਦਾਂ ਮਹਿਸੂਸ ਕਰ ਰਹੇ ਨੇ ਕਿ ਜਬਰੀ ਥੋਪਿਆ ਗਿਆ ਜੀ ਭਾਈਚਾਰਾ ਇਹ ਜਿਹਾ ਸੀਗਾ ਪੰਜਾਬ 'ਚ ਕਿਸਾਨ ਉਹ ਰਾੜਤੀਏ ਦਾ ਇਹ 9 ਮਾਸ ਦਾ ਰਿਸ਼ਤਾ ਅੱਡ ਹੋ ਨਹੀਂ ਸਕਦਾ ਤੇ ਅੱਡ ਕਰਨ ਦੀ ਕੋਸ਼ਿਸ਼ ਸੈਂਟਰ ਗਵਰਨਮੈਂਟ ਕੋਲੋਂ ਹੋਈ ਹੈ ਤੇ ਅੱਜ ਉਹਨਾਂ ਦਾ ਵੀ ਦਿਲ ਦੁਖਦਾ ਹੈ ਸਿਸਟਮ ਅਗਲੇ ਪ੍ਰਾਣਾ ਮੰਗਦੇ ਆ ਕਿਉਂਕਿ ਉਹਨਾਂ ਨੂੰ ਪੇਮੈਂਟ ਤਾਂ ਪਹਿਲਾਂ ਵੀ ਡਾਇਰੈਕਟ ਹੀ ਮਿਲਦੀ ਸੀ ਪਰ ਥਰੂ ਰਾੜਤੀਆਜ਼ ਮਿਲਦੀ ਸੀ ਹੁਣ ਅਸੀਂ ਸਿੱਧੀ ਪਾ ਦੇ ਉਹਨਾਂ ਨੂੰ ਤਾਂ ਜਿੰਨੀ ਐਮਐਸਪੀ ਹੈ ਉਹੀ ਮਿਲਣੀ ਹੈ ਤੇ ਉਨੇ ਹੀ ਟਾਈਮ 'ਚ ਮਿਲਣੀ ਹੈ ਪਰ ਉਹ ਜਿਹੜਾ ਵਿੱਚ ਇੱਕ ਇਹੋ ਜਿਹਾ ਬੰਦਾ ਸੀਗਾ ਜਿਹੜਾ ਫਸਲ ਵੀ ਉਹਦੀ ਸੰਭਾਲਦਾ ਸੀਗਾ ਤੇ ਸਰਕਾਰ ਨੂੰ ਵੀ ਉਹਦੇ ਤੋਂ ਸਰਵਿਸਿਜ਼ ਕਾਫੀ ਮਿਲਦੀਆਂ ਸੀ ਫਸਲ ਸੰਭਾਲਨੀ ਆਉਂਦੇ ਆ ਉਹਨੂੰ ਸਫਾਈ ਕਰਾਉਣੀ ਉਹ ਮਤਲਾਉਣੀ ਉਹਦੇ ਟੈਕਸ ਲਗਵਾਉਣੇ ਉਸ ਤੋਂ ਬਾਅਦ ਜਦ ਤਾਈ ਅਸੀਂ ਲਿਫਟਿੰਗ ਨਹੀਂ ਕਰਦੇ ਉਹ ਸੰਭਾਲਦਾ ਵੀ ਸੀ ਕਿਸਾਨ ਨੂੰ ਵੀ ਆਏ ਗਏ ਨੂੰ ਉੱਥੇ ਪਾਣੀ ਧਾਣੀ ਦਾ ਇੰਤਜ਼ਾਮ ਉਹ ਬਕਾਇਦਾ ਤੌਰ ਤੇ ਕਰ ਲੈਂਦਾ ਸੀ ਲੇਬਰ ਦਾ ਇੰਤਜ਼ਾਮ ਕਰਕੇ ਰੱਖਦਾ ਸੀ ਸੋ ਜਿਹੜਾ ਜਿਹੜਾ ਸਰਵਿਸ ਪ੍ਰੋਵਾਈਡਰ ਹੈ ਨਾ ਉਹਨੂੰ ਸਿਸਟਮ ਚੋਂ ਅਲੱਗ ਕਰਨ ਦੀ ਜਿਹੜੀ ਕੋਸ਼ਿਸ਼ ਹੈ ਉਹ ਨਹੀਂ ਹੋਣੀ ਚਾਹੀਦੀ ਇਸ ਏਡੇ ਵੱਡੇ ਆਪਰੇਸ਼ਨ ਦੀ ਧੁਰੀ ਹੈ ਹੜਤੀ ਆ। ਅਸੀਂ ਭਰੋਸਾ ਦਿਓਗੇ ਕਿਉਂਕਿ ਕਿਸਾਨ ਪਹਿਲਾਂ ਬੜਾ ਪਰੇਸ਼ਾਨ ਆ ਪੂਰਾ ਕਿਸਾਨ ਜਾ ਕੇ ਦਿੱਲੀ ਬੈਠਾ ਹੁਣ ਉਹਨਾਂ ਨੂੰ ਲੱਗਦਾ ਕਿ ਕਾਣਕ ਸਾਡੀ ਸਮੇਂ ਸਿਰ ਚੁੱਕੀ ਨਹੀਂ ਜਾ ਰਹੀ। ਭਰੋਸਾ ਦਿਓਗੇ ਕਿ ਪੰਜਾਬ ਸਰਕਾਰ ਵੱਲੋਂ ਕੋਈ ਪਰੇਸ਼ਾਨੀ ਨਹੀਂ ਰਹੂਗੀ ਇੱਕ ਦਾਣਾ ਦਾਣਾ ਚੁੱਕਿਆ ਜਾਏਗਾ ਜੀ। ਸੀਐਮ ਸਾਹਿਬ ਦੀ ਕਮਿਟਮੈਂਟ ਹੀ ਵੈਸੇ ਤਾਂ ਭਰੋਸਾ ਆ ਪਰ ਮੈਂ ਫਿਰ ਉਹਨਾਂ ਦੇ ਵਿਹਾਰ ਤੇ ਉਹਨਾਂ ਨੂੰ ਭਰੋਸਾ ਦੇਵਾਂਗਾ। ਇੱਕ ਇੱਕ ਦਾਣਾ ਚੱਕਾਂਗੇ ਰਿਕਾਰਡ ਟਾਈਮ ਚ ਚੰਕਾਂਗੇ ਉਹਦੀ ਕੀਮਤ ਅਦਾ ਕਰਾਂਗੇ ਤੇ ਉਹ ਤੁਹਾਡਾ ਮਿਹਨਤ ਦਾ ਇੱਕ ਇੱਕ ਦਾਣਾ ਸੰਭਾਲਾਂਗੇ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਸ੍ਰੀ ਪਰਪੁਸ਼ਨਾਸ਼ੂ ਜੀ ਜਿੱਥੋਂ ਤੱਕ ਕਣਕ ਦੀ ਖਰੀਦ ਦਾ ਸਵਾਲ ਆ ਸਰਕਾਰ ਦਾ ਦਾਵਾ ਹੈ ਕਿ ਪ੍ਰਬੰਧ ਪੂਰੇ ਨੇ ਲੇਕਿਨ ਇਹਨਾਂ ਦਿਨਾਂ ਦੇ ਵਿੱਚ ਪਿਛਲੇ ਸਾਲ ਦੇ ਮੁਕਾਬਲੇ ਤਿੰਨ ਗੁਣਾ ਜਿਹੜੀ ਕਣਕ ਉਹ ਮੰਡੀਆਂ ਵਿੱਚ ਆ ਚੁੱਕੀ ਸੀ ਬੰਦੇ ਹੋਈ ਨੇ ਥੋਲੇ ਵੀ ਹੋਈ ਨੇ ਲਿਫਟਿੰਗ ਵਾਲੇ ਵੀ ਹੋਈ ਨੇ ਇੱਕ ਦੋ ਦਿਨ ਤੱਕ ਇਹ ਜਿਹੜੇ ਸਿਰੇ ਹਾਲਾਤ ਨੇ ਸਥਿਰ ਹੋ ਜਾਈਗੇ ਜੋ ਸਰਕਾਰ ਨੇ ਪੰਜਾਬ ਦੇ ਕਿਸਾਨਾਂ ਦੇ ਨਾਲ ਵਾਅਦਾ ਕੀਤਾਗਾ ਇੱਕ ਇੱਕ ਦਾਣਾ ਚੁੱਕਿਆ ਵੀ ਜਾਊਗਾ ਤੇ ਉਹਨਾਂ ਨੂੰ ਅਦਾਇਗੀ ਵੀ ਡਾਇਰੈਕਟ ਹੋਏਗੀ ਕੈਮਰਾਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਐਨਵੀ ਨਿਊਜ਼ ਚੰਡੀਗੜ੍ਹ ਦੇਸ਼ ਦੁਨੀਆ ਦੀਆਂ ਖਬਰਾਂ ਕੇ ਲਈ ਐਨਵੀ ਨਿਊਜ਼ ਕੋ ਸਬਸਕ੍ਰਾਈਬ ਕਰੇ ਔਰ ਬੈਲ ਆਈਕਨ ਦਬਾਏ